ਹੁਣ ਹੁਣ ਜਿਹੜਾ ਜਿਹੜਾ ਦੌਰ ਦੌਰ ਚੱਲ ਚੱਲ ਰਿਹਾ ਰਿਹਾ ਉਹ ਉਹ ਐਕਸ਼ਨ ਐਕਸ਼ਨ ਮੂਵੀਜ਼ ਮੂਵੀਜ਼ ਦਾ ਦਾ ਹੀ ਹੀ ਚੱਲ ਚੱਲ ਰਿਹਾ ਰਿਹਾ ਰੀਸੈਂਟਲੀ ਰੀਸੈਂਟਲੀ ਹੁਣ ਹੁਣ ਐਨੀਮਲ ਐਨੀਮਲ ਫਿਲਮ ਫਿਲਮ ਵੀ ਵੀ ਆਈ ਆਈ ਤਾਂ ਤਾਂ ਲੱਗਦਾ ਲੱਗਦਾ ਇੱਕ ਇੱਕ ਨਵਾਂ ਨਵਾਂ ਵੱਡਾ ਵੱਡਾ ਕੰਪੀਟੀਸ਼ਨ ਕੰਪੀਟੀਸ਼ਨ ਜਿਹੜਾ ਜਿਹੜਾ ਏ ਏ ਵਾਰਨਿੰਗ ਵਾਰਨਿੰਗ ਟੂ ਟੂ ਦੇ ਦੇ ਲਈ ਲਈ ਖੜਾ ਖੜਾ ਹੋ ਹੋ ਚੁੱਕਾ ਚੁੱਕਾ ਇਸ ਇਸ ਵਕਤ ਵਕਤ ਇਹ ਇਹ ਦੇਖੋ ਦੇਖੋ ਜੀ ਜੀ ਕੰਪੀਟੀਸ਼ਨ ਕੰਪੀਟੀਸ਼ਨ ਦੀ ਦੀ ਨਿਗਾਹ ਨਿਗਾਹ ਲੈ ਲੈ ਜਿਵੇਂ ਜਿਵੇਂ ਵਾਰਨਰ ਵਾਰਨਰ ਪਹਿਲੀ ਪਹਿਲੀ ਆਈ ਆਈ ਸੀ ਸੀ ਨਾ ਨਾ ਜਿਹੜੀ ਜਿਹੜੀ ਉਹ ਉਹ ਆਪਣੇ ਆਪਣੇ ਆਪ ਆਪ ਚ ਚ ਇੱਕ ਇੱਕ ਐਡੀ ਵੱਡੀ ਵੱਡੀ ਫਿਲਮ ਫਿਲਮ ਸਾਬਤ ਸਾਬਤ ਹੋ ਹੋ ਗਈ ਗਈ ਕਿ ਕਿ ਸਾਰੇ ਸਾਰੇ ਦਰਸ਼ਕਾਂ ਦਰਸ਼ਕਾਂ ਨੇ ਨੇ ਮੈਨੂੰ ਬਹੁਤ ਬਹੁਤ ਪਿਆਰ ਪਿਆਰ ਦਿੱਤਾ ਦਿੱਤਾ ਹੈ ਨਾ ਨਾ ਐਂਟਰੀ ਬੜੀ ਐਕਸੀਡੈਂਟਲ ਜੀ ਐਂਟਰੀ ਸੀ ਮੈਂ ਕਿਸੇ ਹੋਰ ਫਿਲਮ ਲਈ ਬਾਈ ਨਾਲ ਮੀਟਿੰਗ ਕਰਨਾ ਇਹ ਬਾਈ ਬਾਈ ਮੇਰੇ ਨਾਲ ਕਿਹਾ ਗਿਆ ਰਾਜ ਤੂੰ ਆਹ ਫਿਲਮ ਦਾ ਕਰਨਾ ਤਾਂ ਐਂ ਮੇਰੀ ਐਂਟਰੀ ਹੋਈ ਜਿਹੜੇ ਡਾਇਰੈਕਟਰ ਨੇ ਜਿੱਦਾਂ ਗਿੱਪੀ ਬਾਈ ਆ ਉਹ ਮੇਰੇ ਤੇ ਹਮੇਸ਼ਾ ਪ੍ਰਾਊਡ ਲਾ ਲਓ ਵਿਸ਼ਵਾਸ ਲਾ ਲਓ ਹੈ ਨਾ ਵੀ ਉਹ ਮੇਰੇ 'ਤੇ ਫੇਥ ਕਰਦੇ ਆ ਵੀ ਯਾਰ ਇਹ ਬੋਲੀ ਇਹ ਕਰ ਲੈਣ ਜਦੋਂ ਸਾਡਾ ਮਤਲਬ ਹੋ ਜਾਂਦਾ ਸੀ ਸੀਨ ਇਹ ਹੁੰਦਾ ਸੀ ਅਗਲਾ ਸੈਟਅਪ ਲੱਗ ਰਿਹਾ ਉਹਦੇ ਲਈ ਲਾਈਟਿੰਗ ਵਗੈਰਾ ਹੋ ਰਹੀ ਅਸੀਂ ਤਾਂ ਹੱਸਦੇ ਖੇਡਦੇ ਰਹਿੰਦੇ ਪਰ ਇੰਨਾ ਕੁ ਮਜ਼ਾ ਲਿਆ ਉਹ ਫਿਲਮ ਦਾ ਮਤਲਬ ਇੱਕ ਫਿਲਮ ਵਾਰਨਿੰਗ ਉਹ ਬਣਦੀ ਇੱਕ ਹੋਰ ਬਣਦੀ ਹੁੰਦੀ ਉਹਦੇ ਵਿੱਚ ਜਿਹੜੇ ਸਾਡੀਆਂ ਗੱਲਾਂ ਬਾਤਾਂ ਹੱਸ ਉੱਧਰ ਸਾਡੇ ਪੰਜਾਬੀ ਜਿਹੜੇ ਐਕਸ਼ਨ ਡਾਇਰੈਕਟਰ ਨੇ ਬਹੁਤ ਵੱਡੇ ਸ਼ਾਮ ਕੌਸ਼ਲ ਜੀ ਪੰਜਾਬੀ ਨੇ ਉਦੋਂ ਵੀਰੂ ਦੇਵਗਨ ਜੀ ਉਹ ਵੀ ਪੰਜਾਬੀ ਸੀਗੇ ਜਦੋਂ ਵੀ ਹੈ ਪਰ ਚਲੋ ਸ਼ਾਮ ਜੀ ਤਾਂ ਇੱਥੋਂ ਗਏ ਹੋਏ ਉਹਨਾਂ ਦੇ ਨਾਲ ਪੰਮੇ ਵੀ ਜ਼ਰੂਰੀ ਹੁੰਦੇ ਨੇ ਸਾਰੇ ਗਬਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ 2 ਫਰਵਰੀ ਨੂੰ ਫਿਲਮ ਆ ਰਹੀ ਹੈ ਸਾਨੂੰ ਸਭ ਨੂੰ ਜਿਸਦਾ ਵੇਟ ਸੀ ਵਾਰਨਿੰਗ 2 ਅਤੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਰਘਵੀਰ ਬੋਲੀ ਜੀ ਅਤੇ ਨਾਲ ਦੀ ਨਾਲ ਰਾਜਵੀਰ ਸਿੰਘ ਝਿੰਜਰ ਅਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਫਿਲਮ ਬਾਰੇ ਜਾਣਦੇ ਹਾਂ ਅਤੇ ਕੀ ਕੁਝ ਨਵਾਂ ਇਸ ਵਾਰ ਸਾਨੂੰ ਵਾਰਨਿੰਗ 2 ਦੇ ਵਿੱਚ ਵੇਖਣ ਨੂੰ ਮਿਲੇਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਸਵਾਗਤ ਥੈਂਕ ਯੂ ਜੀ ਸੋ ਵਾਰਨਿੰਗ 2 ਜਦੋਂ ਵਾਰਨਿੰਗ ਆਈ ਸੀ ਉਸ ਵਕਤ ਇੰਡਸਟਰੀ ਦੇ ਵਿੱਚ ਇੱਕ ਨਵਾਂ ਚੇਂਜ ਲੈ ਕੇ ਆਈ ਸੀ ਉਸ ਤੋਂ ਪਹਿਲਾਂ ਜਿਹੜੀਆਂ ਅਸੀਂ ਫਿਲਮਾਂ ਵੇਖੀਏ ਕਾਮੇਡੀ ਫਿਲਮਾਂ ਸੀ ਰੋਮਾਂਟਿਕ ਮੂਵੀ ਸੀ ਬਟ ਐਕਸ਼ਨ ਮੂਵੀ ਦੇ ਜਿਹੜਾ ਦੌਰ ਸ਼ੁਰੂ ਕੀਤਾ ਉਹ ਵਾਰਨਿੰਗ ਨੇ ਕੀਤਾ ਅਤੇ ਹੁਣ ਜੀ ਜੇ ਮੈਂ ਗੱਲ ਕਰਾਂ ਹੁਣ ਜਿਹੜਾ ਦੌਰ ਚੱਲ ਰਿਹਾ ਉਹ ਐਕਸ਼ਨ ਮੂਵੀਜ਼ ਦਾ ਹੀ ਚੱਲ ਰਿਹਾ ਰੀਸੈਂਟਲੀ ਹੁਣ ਐਨੀਮਲ ਫਿਲਮ ਵੀ ਆਈ ਤਾਂ ਲੱਗਦਾ ਇੱਕ ਨਵਾਂ ਵੱਡਾ ਕੰਪੀਟੀਸ਼ਨ ਜਿਹੜਾ ਏ ਵਾਰਨਿੰਗ 2 ਦੇ ਲਈ ਖੜਾ ਹੋ ਚੁੱਕਾ ਇਸ ਵਕਤ ਇਹ ਦੇਖੋ ਜੀ ਕੰਪੀਟੀਸ਼ਨ ਦੀ ਨਹੀਂ ਗੱਲ ਜਿਵੇਂ ਵਾਰਨਿੰਗ ਪਹਿਲੀ ਆਈ ਸੀ ਨਾ ਜਿਹੜੀ ਉਹ ਆਪਣੇ ਆਪ 'ਚ ਇੱਕ ਐਡੀ ਵੱਡੀ ਫਿਲਮ ਸਾਬਤ ਹੋ ਗਈ ਕਿ ਸਾਰੇ ਦਰਸ਼ਕਾਂ ਨੇ ਇਹਨੂੰ ਬਹੁਤ ਪਿਆਰ ਦਿੱਤਾ ਹੈ ਨਾ ਔਰ ਹੁਣ ਜਿਹੜੀ ਇਹ ਵਾਰਨਿੰਗ 2 ਹੈ ਫਰੈਂਚਾਈਜ਼ ਆ ਉਸੇ ਦੀ ਔਰ ਉਹ ਮਤਲਬ ਜਿਹੜੀ ਪਹਿਲੀ ਵਾਰਨਿੰਗ ਸੀ ਉਹ ਤੋਂ ਬਹੁਤ ਮਤਲਬ ਵੱਡੀਆਂ ਚੀਜ਼ਾਂ ਲੈ ਕੇ ਆ ਰਹੀ ਹੈ ਇਹਦੇ ਨਾਲ ਕਿਉਂਕਿ ਇਹਦੀ ਜਿਹੜੀ ਮੇਕਿੰਗ ਹੈਗੀ ਹੈ ਫਿਲਮ ਦੀ ਉਹ ਵੀ ਬਹੁਤ ਵੱਡੇ ਲੈਵਲ 'ਤੇ ਹੋਈ ਆ ਅਤੇ ਜਿਹੜਾ ਐਕਸ਼ਨ ਆਗਾ ਉਹ ਬਹੁਤ ਮਤਲਬ ਕਮਾਲ ਦਾ ਹੋਇਆ ਗਾ ਸਾਰੀ ਉਹ ਟੀਮ ਸੀ ਜਿਹੜੇ ਬੋਲੀਵੁੱਡ ਦੀਆਂ ਪੁਸ਼ਪਾ ਜਾਂ ਜਿਹੜੀਆਂ ਫਿਲਮਾਂ ਆਉਂਦੀਆਂ ਇਹਨਾਂ ਦੇ ਜਿਹੜੇ ਮਤਲਬ ਐਕਸ਼ਨ ਡਾਇਰੈਕਟਰ ਸੀਗੇ ਉਹ ਐਕਸ਼ਨ ਕਰਵਾ ਕੇ ਗਏ ਨੇ ਹੈ ਨਾ ਤਾਂ ਕਹਾਣੀ ਦੇ ਵਿੱਚ ਇਹ ਹੈ ਵੀ ਇਹਦੇ ਵਿੱਚ ਐਜ਼ ਕਿ ਸਸਪੈਂਸ ਥ੍ਰਿਲਰ ਨੇਗੇ ਕਈ ਗੰਢਾਂ ਖੁੱਲ੍ਹਣੀਆਂ ਨੇ ਪੁਰਾਣੀਆਂ ਉਹ ਆ ਤਾਂ ਐਕਟਰ ਬਹੁਤ ਜ਼ਿਆਦਾ ਨੇਗੇ ਵੀ ਇਸ ਵਾਰ ਤਾਂ ਇਹ ਵੀ ਪੈਕਡ ਕੰਮ ਆ ਬਹੁਤ ਜ਼ਿਆਦਾ ਕਿਉਂਕਿ ਦੂਜੀ ਗੱਲ ਇਹ ਵੀ ਇਹਦੀ ਵੇਟ ਇੰਨੀ ਜ਼ਿਆਦਾ ਇਸ ਪ੍ਰੋਜੈਕਟ ਦੀ ਇਸ ਫਿਲਮ ਦੀ ਕਿ ਹਰ ਕੋਈ ਮਤਲਬ ਦੇਖਣਾ ਮੰਗਦਾ ਹੈ ਨਾ ਇਹਨੂੰ ਵੀ ਜਦੋਂ ਆਊਗੀ ਤਾਂ ਯਾਰ ਇਹ ਦੇਖਣੀ ਦੇਖਣੀ ਹੈ ਦੇਖਣੀ ਦੇਖਣੀ ਹੈ
ਅਤੇ ਉਹਦਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈਗਾ। ਵਾਰਨਿੰਗ ਦਾ ਆਪਦੇ ਨਾਲ ਹੀ ਕੰਪੀਟੀਸ਼ਨ ਆ ਮੈਨੂੰ ਲੱਗਦਾ, ਜਿਹੜੀ ਪਹਿਲੀ ਵਾਰਨਿੰਗ ਨੂੰ ਇੰਨਾ ਪਿਆਰ ਮਿਲਿਆ ਉਹ ਤੋਂ ਵੀ ਅਗਲੇ ਰਿਕਾਰਡ ਤੋਂ। ਬਿਲਕੁਲ ਸਹੀ ਕਿਹਾ ਕਿ ਜਦੋਂ ਅਸੀਂ ਫਸਟ ਪ੍ਰੋਡਕਟ ਐਵੇਂ ਦਾ ਦਿੰਦੇ ਹਾਂ ਤਾਂ ਉਸ ਤੋਂ ਅਸੀਂ ਅਪਰ ਲੈਵਲ ਦਾ ਹੀ ਕੁਛ ਚਾਹੁੰਦੀ ਹੁੰਦੀ ਆ ਆਡੀਅੰਸ। ਅਤੇ ਇਸ ਵਾਰੀ ਤੁਹਾਡੀ ਜਿਹੜੀ ਹੈ ਨਵੀਂ ਐਂਟਰੀ ਹੋ ਰਹੀ ਹੈ, ਅਤੇ ਲਾਸਟ ਟਾਈਮ ਧੀਰਜ ਸਰ ਸੀਗੇ ਵਾਰਨਿੰਗ ਦੇ ਵਿੱਚ, ਇਸ ਵਾਰੀ ਉਹ ਨਹੀਂ ਹੈ ਬਟ ਇੱਕ ਨਵਾਂ ਚਿਹਰਾ ਵਾਰਨਿੰਗ ਦੇ ਵਿੱਚ ਤੁਹਾਡਾ ਸਾਨੂੰ ਵੇਖਣ ਨੂੰ ਮਿਲੇਗਾ, ਇੱਕ ਨਵਾਂ ਕਿਰਦਾਰ, ਤਾਂ ਉਹਦੇ ਬਾਰੇ ਜਾਣਨਾ ਚਾਹਾਂਗੀ। ਹਾਂਜੀ, ਮੇਰੀ ਐਂਟਰੀ ਬੜੀ ਐਕਸੀਡੈਂਟਲ ਜੀ ਐਂਟਰੀ ਸੀ ਫਿਲਮ ਦੇ ਵਿੱਚ। ਮੈਂ ਕਿਸੇ ਹੋਰ ਫਿਲਮ ਲਈ ਬਾਈ ਨਾਲ ਮੀਟਿੰਗ ਕਰਨ ਆਏ, ਬਾਈ ਨੇ ਉਹਦੇ ਸਰ ਕਿਹਾ ਕਹਿੰਦੇ ਰਾਜ ਤੂੰ ਆਹ ਫਿਲਮ ਕਰ ਵਾਰਨਿੰਗ, ਤਾਂ ਐਂ ਮੇਰੀ ਐਂਟਰੀ ਹੋ ਗਈ। ਅਤੇ ਸੱਚੀ ਇੱਕ ਹਿੱਟ ਫਰੈਂਚਾਈਜ਼ੀ ਦਾ ਪਾਰਟ ਬਣਨਾ ਆਪਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈਗੀ। ਅਤੇ ਵਾਰਨਿੰਗ ਵਨ ਜਦੋਂ ਮੈਂ ਦੇਖੀ ਸੀ ਤਾਂ ਮੇਰਾ ਬਹੁਤ ਮਨ ਸੀ ਯਾਰ ਮੈਂ ਇਹ ਫਿਲਮ 'ਚ ਹੋਣਾ ਚਾਹੀਦਾ ਸੀਗਾ, ਕਿਉਂਕਿ ਮੈਨੂੰ ਪਸੰਦ ਆਇਆ ਇਹ ਜੋਨਰ ਬਹੁਤ, ਮਤਲਬ ਐਕਸ਼ਨ ਕ੍ਰਾਈਮ ਡਰਾਮਾ। ਤਾਂ ਇਹਦੇ 'ਚ ਸੱਚੀ ਜਦੋਂ ਮਤਲਬ ਸ਼ੂਟ 'ਤੇ ਵੀ ਇੰਨੇ ਜ਼ਿਆਦਾ ਐਕਟਰ ਸੀਗੇ, ਇੰਨੇ ਕਰੈਕਟਰ ਹੈ, ਫਿਲਮ ਇੰਨੀ ਡੈਂਸ ਹੈ ਜੀ ਅਤੇ ਇੰਨੀ ਪੈਕਡ ਹੈ ਜੀ, ਸ਼ੂਟ ਵਾਈਜ਼ ਵੀ ਵਿਜੂਅਲ ਵਾਈਜ਼ ਵੀ, ਹੈ ਨਾ, ਬਹੁਤ ਵੱਡੀ ਸ਼ੂਟ ਹੁੰਦੀ ਹੈ ਜੀ। ਜੇ ਆਪਾਂ ਕਹੀਏ ਵੀ ਜਿਵੇਂ ਤੁਸੀਂ ਐਨੀਮਲ ਦੀ ਗੱਲ ਕੀਤੀ, ਹੈ ਨਾ, ਮੈਂ ਉਹ ਫਿਲਮ ਦੇਖੀ ਹੈਗੀ ਬਟ ਪੰਜਾਬੀ ਦੇ ਵਿੱਚ ਜੇ ਕਹੀਏ, ਸੱਚੀ ਬੋਲੀ ਵੀਰੇ ਨੇ ਸਹੀ ਕਿਹਾ, ਸਾਡੇ ਇੱਥੇ ਵੀ ਬਹੁਤ ਹੈਲਦੀ ਕੰਪੀਟੀਸ਼ਨ ਚੱਲ ਰਿਹਾ। ਅਤੇ ਵਾਰਨਿੰਗ ਦਾ ਸੱਚੀ ਪਹਿਲੀ ਵਾਰਨਿੰਗ ਨਾਲ ਜੇ ਕੰਪੀਟੀਸ਼ਨ ਹੈ ਤਾਂ ਮੈਂ ਕਹੂੰਗਾ ਵੀ ਇਹ ਦੋ ਰਤੀਆਂ ਉਦੋਂ ਉੱਪਰ ਹੀ ਬਣੀਆਂ। ਹਾਂ 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 ਵਾਧੂ। ਅਤੇ ਅੱਛਾ ਸਰ, ਅਸੀਂ ਅਕਸਰ ਤੁਹਾਨੂੰ ਜਿਹੜੇ ਕਿਰਦਾਰਾਂ ਵਿੱਚ ਵੇਖਿਆ ਉਹ ਮਤਲਬ ਪੋਜ਼ਿਟਿਵ ਹੀ ਹੁੰਦੇ ਨੇ ਮੋਸਟਲੀ ਅਸੀਂ ਜਦੋਂ ਤੁਹਾਨੂੰ ਵੇਖਿਆ, ਅਤੇ ਜੇ ਅਸੀਂ ਵਾਰਨਿੰਗ ਫਿਲਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਵੇਂ ਅਸੀਂ ਪਹਿਲੀ ਵਾਰਨਿੰਗ ਵੇਖਿਆ ਜਾਂ ਟੀਜ਼ਰ ਵੀ ਵੇਖਿਆ ਹੁਣ, ਹੈ ਨਾ, ਇਹ ਵਾਰਨਿੰਗ 2 ਦਾ, ਤਾਂ ਮਤਲਬ ਤੁਸੀਂ ਕਿਵੇਂ ਖੁਦ ਨੂੰ ਇਹ ਚੈਲੇਂਜ ਦਿੱਤਾ ਕਿ ਹਾਂ ਯਾਰ ਇਹ ਮੈਂ ਆਪਣੀ ਹੁਣ ਤੱਕ ਦੀ ਜਰਨੀ ਵਿੱਚ ਇਸ ਤਰ੍ਹਾਂ ਦਾ ਕੋਈ ਕਰੈਕਟਰ ਨਹੀਂ ਕੀਤਾ ਜਾਂ ਇਹ ਕੁਛ ਯੂਨੀਕ ਮੈਨੂੰ ਕਰਨ ਨੂੰ ਮਿਲਿਆ ਆ? ਕਿਉਂਕਿ ਇੱਦਾਂ ਬਹੁਤ ਰੇਅਰ ਹੁੰਦਾ ਆ। ਈਵਨ ਹੁਣ ਜਾ ਕੇ ਜੇ ਅਸੀਂ ਗੱਲ ਕਰੀਏ ਸਾਡੀ ਪੰਜਾਬੀ ਇੰਡਸਟਰੀ ਜਿਹੜੀ ਹੈ ਚੇਂਜ ਲੈ ਕੇ ਆ ਰਹੀ ਹੈ। ਅਦਰਵਾਈਜ਼ ਕੀ ਹੁੰਦਾ ਸੀਗਾ ਪਹਿਲਾਂ ਕਿ ਇੱਕ ਫਰੇਮ ਸੈੱਟ ਕਰ ਦਿੱਤਾ ਜਾਂਦਾ ਸੀਗਾ ਕਿ ਇਹ ਪੋਜ਼ਿਟਿਵ ਹੀ ਕਰ ਸਕਦਾ, ਇਹ ਨੈਗੇਟਿਵ ਹੀ ਕਰ ਸਕਦਾ, ਤਾਂ ਉਹਨੂੰ ਅੱਗੇ ਅੱਗੇ ਉਸ ਤਰ੍ਹਾਂ ਦੇ ਹੀ ਕਿਰਦਾਰ ਜਿਹੜੇ ਹੈ ਮਿਲਦੇ ਸੀਗੇ, ਹੈ ਨਾ। ਤਾਂ ਇਹ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਜਦੋਂ ਇਹ ਤੁਹਾਨੂੰ ਔਫਰ ਹੋਇਆ ਤਾਂ ਕੀ ਤੁਸੀਂ ਆਪਣੇ 'ਤੇ ਵਰਕ ਕੀਤਾ ਐਂਡ ਤੁਹਾਡਾ ਫਸਟ ਰਿਐਕਸ਼ਨ ਕੀ ਸੀਗਾ ਜਦੋਂ ਤੁਸੀਂ ਆਪਣਾ ਕਿਰਦਾਰ ਪੜ੍ਹਿਆ? ਜਿਹੜਾ ਇੱਕੋ ਜਿਹੇ ਕਿਰਦਾਰ ਮਿਲਣ ਦੀ ਗੱਲ ਹੈ ਮੈਨੂੰ ਲੱਗਦਾ ਉਹ ਟਾਈਪ ਕਾਸਟ ਹੋਣਾ ਕਹਿੰਦੇ ਹਨ। ਹਾਂਜੀ, ਉਹ ਐਕਟਰ ਦੇ ਆਪਦੇ ਹੱਥ 'ਚ ਹੀ ਹੁੰਦਾ ਵੀ ਉਹਨੇ ਇੱਕੋ ਜਿਹੇ ਕਿਰਦਾਰ, ਕਿਉਂਕਿ ਵਾਕਈ ਐਂ ਹੁੰਦਾ ਗਾ ਇੰਡਸਟਰੀ ਦੇ ਵਿੱਚ ਜਦੋਂ ਤੁਹਾਨੂੰ ਇੱਕ ਕੋਈ ਕੈਰੈਕਟਰ ਵਧੀਆ ਮਿਲ ਜਾਂਦਾ ਗਾ ਲੋਕ ਐਪਰੀਸ਼ੀਏਟ ਕਰਦੇ ਤਾਂ ਸੇਮ ਕੈਰੈਕਟਰ ਤੁਹਾਨੂੰ ਆਫਰ ਹੋਣੇ ਸ਼ੁਰੂ ਹੋ ਜਾਂਦੇ। ਮੈਂ ਇਸ ਤੋਂ ਪਹਿਲਾਂ ਵੀ ਗ੍ਰੇ ਸ਼ੇਡ ਕੈਰੈਕਟਰ ਕੀਤੇ ਸੀਗੇ ਪਰ ਇਹ ਕੁਛ ਜ਼ਿਆਦਾ ਹੀ ਗ੍ਰੇ ਹੈਗਾ, ਥੋੜ੍ਹਾ ਨੈਗੇਟਿਵ ਵਾਂਗੂ ਹੀ ਆ ਮਤਲਬ ਇੱਕ ਤਰ੍ਹਾਂ ਦਾ, ਹੈ ਨਾ। ਅਤੇ ਹਰ ਐਕਟਰ ਦੀ ਭੁੱਖ ਹੁੰਦੀ ਹੈ ਡਿਫਰੈਂਟ ਡਿਫਰੈਂਟ ਕੈਰੈਕਟਰ ਕਰਨ ਦੀ ਕਿ ਮੈਨੂੰ ਵੇਰੀਏਸ਼ਨ ਦੇ ਵਿੱਚ ਮੈਂ ਕਰਾਂ, ਤਾਂ ਇਹ ਮੇਰੇ ਲਈ ਬਹੁਤ ਵੱਡੀ ਚੇਂਜ ਸੀ ਅਤੇ ਵੇਰੀਏਸ਼ਨ ਸੀ ਅਤੇ ਮੈਂ ਬਹੁਤ ਪੋਜ਼ੀਟਿਵਲੀ ਲਿਆ ਆਪਦੇ ਕੈਰੈਕਟਰ 'ਤੇ ਕੰਮ ਕੀਤਾ ਕਿਉਂਕਿ ਜਿਹੜੀ ਸੌਫਟਨੈਸ ਸੀ ਉਹਦਾ ਹਿੱਸਾ ਨਹੀਂ ਸੀਗਾ, ਤਾਂ ਮੈਂ ਆਪਦਾ ਸਾਰਾ ਉਹ ਪੋਜ਼ੀਟਿਵ ਵਾਲਾ ਪੱਖ ਭੁੱਲ ਕੇ ਇਹਦੇ ਲਈ ਮਿਹਨਤ ਕੀਤੀ। ਬਾਈ ਵਰਗਿਆਂ ਨਾਲ ਮਿਲ ਕੇ ਮਤਲਬ ਸਿਟਿੰਗਸ ਕੀਤੀਆਂ, ਕਿਉਂਕਿ ਗਿੱਪੀ ਬਾਈ ਨੇ ਸਟੋਰੀ ਲਿਖੀ ਸੀ ਤਾਂ ਬੈਟਰ ਜਾਣਦੇ ਸੀ, ਲੁੱਕ ਡਿਸਾਈਡ ਕੀਤੀ ਇਹਦੀ, ਤਾਂ ਡੈਫੀਨੇਟਲੀ ਲੋਕਾਂ ਨੂੰ ਪਸੰਦ ਆਊਗਾ। ਅੱਛਾ ਰਘਵੀਰ ਸਰ, ਇਹਦੇ ਓਪੋਜ਼ਿਟ ਜੇ ਮੈਂ ਤੁਹਾਡੀ ਗੱਲ ਕਰਾਂ ਤਾਂ ਤੁਸੀਂ ਇਸ ਮਾਮਲੇ 'ਚ ਬਹੁਤ ਲੱਕੀ ਰਹੇ ਹੋ ਕਿ ਤੁਹਾਨੂੰ ਹਰ ਵਾਰ ਕੋਈ ਨਾ ਕੋਈ ਨਵਾਂ ਕਿਰਦਾਰ ਕਰਨ ਨੂੰ ਮਿਲਿਆ। ਤਾਂ ਹਰ ਵਾਰ ਜਿਹੜਾ ਕਿਰਦਾਰ ਅਸੀਂ ਜਦੋਂ ਤੁਹਾਨੂੰ ਵੇਖਦੇ ਹਾਂ ਸਕਰੀਨ 'ਤੇ ਤਾਂ ਐਜ਼ ਅ ਕੰਪਲੀਮੈਂਟ ਹੀ ਹੈ ਕਿ ਮੈਂ ਇਹ ਭੁੱਲ ਜਾਂਦੀ ਹਾਂ ਕਿ ਇਹ ਰਘਵੀਰ ਬੋਲੀ ਨੂੰ ਮੈਂ ਵੇਖ ਰਹੀ ਹਾਂ। ਤਾਂ ਮਤਲਬ ਇਹ ਕਿਸ ਤਰ੍ਹਾਂ ਤੁਸੀਂ ਕਰਦੇ ਹੋ ਕਿ ਹਰ ਵਾਰ ਵੀ ਆਪਣੇ ਕਿਰਦਾਰ ਨੂੰ ਇੱਕ ਡਿਫਰੈਂਟ ਜ਼ੋਨ ਦੇ ਵਿੱਚ ਲੈ ਕੇ ਆਉਣਾ, ਭਾਵੇਂ ਉਹ ਕੋਮੇਡੀ ਤੁਹਾਡਾ ਕਿਰਦਾਰ ਹੋਵੇ ਕਿ ਇੱਕ ਤੁਹਾਡਾ ਕਹਿ ਲਓ ਕਿ ਇੱਕ ਸਟਾਈਲ
ਹਰ ਵਾਰ ਕੁਛ ਯੂਨੀਕ ਹੁੰਦਾ, ਕਿਉਂਕਿ ਕਾਮੇਡੀ ਕਰੈਕਟਰ ਹੋਵੇ ਭਾਵੇਂ ਪੋਜ਼ਿਟਿਵ ਕਰੈਕਟਰ ਹੋਵੇ ਭਾਵੇਂ ਗ੍ਰੇ ਹੋਵੇ ਭਾਵੇਂ ਨੈਗੇਟਿਵ, ਹੈ ਨਾ, ਹਰ ਦੇ ਵਿੱਚ ਇੱਕ ਇਹ ਚੀਜ਼ ਹੁੰਦੀ ਹੈ ਕਿ ਹਾਂ ਅਸੀਂ ਇਹ ਬਣਾ ਲਈਏ ਕਿ ਅੱਛਾ ਇੱਦਾਂ ਹੋ ਸਕਦਾ, ਬਟ ਉਹਦੇ ਵਿੱਚ ਇੱਕ ਆਪਣਾਪਨ ਪਾਉਣਾ ਉਹ ਕਿਵੇਂ? ਇਹ ਬਿਲਕੁਲ ਇਹ ਮਤਲਬ ਇੱਕ ਤਰ੍ਹਾਂ ਦਾ ਪ੍ਰੋਸੈਸ ਹੈਗਾ ਜੀ, ਜੋ ਮੈਂ ਕਹਿ ਸਕਦਾ ਜਿਵੇਂ ਆਪਣੇ ਕਰੈਕਟਰ ਲਈ ਕਰਦਾ, ਜਿਹਨੂੰ ਅਸੀਂ ਤਿਆਰੀ ਦਾ ਨਾਂ ਵੀ ਦੇ ਦਿੰਦੇ ਹਾਂ ਜਾਂ ਆਤਮ ਚਿੰਤਨ, ਜਾਂ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਕਰੈਕਟਰ ਮੈਨੂੰ ਸੁਣਾਇਆ ਗਿਆ ਜਾਂ ਮੈਨੂੰ ਜਿਹੜਾ ਦੱਸਿਆ ਗਿਆ, ਮੈਂ ਉਹ ਕਰੈਕਟਰ ਦੀ ਆਤਮਾ ਫੜਨ ਦੀ ਕੋਸ਼ਿਸ਼ ਕਰਦਾ ਵੀ ਚਾਹੁੰਦਾ ਕੀ ਹੈ। ਪਹਿਲਾਂ ਡਾਇਰੈਕਟਰ ਦੇ ਪੀ ਓ ਵੀ ਨਾਲ ਵੀ ਉਹ ਮੈਨੂੰ ਕਿਵੇਂ ਸਮਝਾ ਰਹੇ ਨੇ, ਫਿਰ ਜੇ ਰਾਈਟਰ ਮੇਰੇ ਨਾਲ ਬਹਿੰਦਾ ਉਹ ਕਿੱਥੇ ਕਿਤੇ ਐਕਸਾਈਟਮੈਂਟ ਲੈ ਰਿਹਾ ਕਰੈਕਟਰ ਦੀ ਵੀ ਬਾਈ ਜਦੋਂ ਇੱਥੇ ਆਉਣੇ ਨਾ ਤੁਸੀਂ ਉੱਥੇ ਇੱਥੇ ਆ ਕਹਿੰਦਾ ਬਾਈ ਤੁਹਾਡੇ ਨਾਲ ਵੀ ਜਿਹੜੇ ਇਹ ਫਲੋ ਆ ਰਹੇ ਨੇ ਉਹਦੇ ਮੈਨੂੰ ਦੱਸਣ 'ਚ ਵੀ ਮੈਂ ਜਦੋਂ ਕਰਾਂ ਉਦੋਂ ਉਦੋਂ ਉਸ ਤੋਂ ਬਾਅਦ ਫਿਰ ਮੇਰਾ ਪਰਸਨਲ ਮੇਰਾ ਚੱਲ ਪੈਂਦਾ ਆਪਣਾ ਜਦੋਂ ਜਹਿਦ ਮੇਰੇ ਆਪਣੇ ਆਪ ਨਾਲ ਉਸ ਕਰੈਕਟਰ ਨਾਲ, ਤਾਂ ਉਹਦਾ ਫਿਰ ਉਹਨੂੰ ਉਹ ਜਿਹੜਾ ਪ੍ਰੋਸੈਸ ਆ ਉਹਦਾ ਸਮਝਾਇਆ ਨਹੀਂ ਜਾ ਸਕਦਾ, ਉਹਦਾ ਸੀਕਰੇਟ ਸੋਸਿਸ ਵਾਲਾ ਕੰਮ ਆ ਜਾਂਦਾ ਹਾਂ। ਪਰ ਇਹ ਹੈ ਵੀ ਹਾਂ ਮੈਂ ਜਿੰਦ ਜਾਣ ਲਾਉਣਾ ਆਪਣੇ ਕਿਰਦਾਰ ਲਈ, ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਮੈਨੂੰ ਮਿਲਿਆ ਔਰ ਇਹਦੇ ਨਾਲ ਬੇਇਨਸਾਫੀ ਨਾ ਹੋਵੇ, ਜਿਹੜੇ ਡਾਇਰੈਕਟਰ ਨੇ ਹੁਣ ਜਿੱਦਾਂ ਗਿੱਪੀ ਬਾਈ ਆ ਉਹ ਮੇਰੇ 'ਤੇ ਹਮੇਸ਼ਾ ਇਹ ਪ੍ਰਾਊਡ ਲਾ ਲਓ ਵਿਸ਼ਵਾਸ ਲਾ ਲਓ, ਹੈ ਨਾ, ਵੀ ਉਹ ਮੇਰੇ 'ਤੇ ਫੇਥ ਕਰਦੇ ਹੈਗੇ ਵੀ ਯਾਰ ਇਹ ਬੋਲੀ ਇਹ ਕਰ ਲੂਗਾ, ਉਹ ਚਾਹੇ ਮਾਂ ਦਾ ਕਰੈਕਟਰ ਸੀਗਾ, ਚਾਹੇ ਉਹ ਜ਼ਿਲ੍ਹਾ ਸੰਗਰੂਰ ਸੀ, ਚਾਹੇ ਸ਼ਾਵਾਨੀ ਗਧਾਰੀ ਲਾਲ 'ਚ ਉਹ ਡਿਫਰੈਂਟ ਸੀਗਾ, ਬੇਸ਼ੱਕ ਉਹ ਕ੍ਰਿਮੀਨਲ ਸੀਗੀ, ਹੈ ਨਾ, ਮਤਲਬ ਜਿੰਨੇ ਡਿਫਰੈਂਟ ਮੈਂ ਕਿਰਦਾਰ ਕੀਤੇ ਨੇ ਔਰ ਚੈਲੇਂਜਿੰਗ ਕੀਤੇ ਨੇ ਸਾਰੇ ਗਿੱਪੀ ਬਾਈ ਹੋਰਾਂ ਨੇ ਦਿੱਤੇ ਨੇ। ਹੁਣ ਇਹ ਬਾਈ ਹੋਰਾਂ ਦੀ ਮਤਲਬ ਦਰਿਆ ਦੇ ਲਈ ਹੈ ਕਿ ਮੈਨੂੰ ਹਮੇਸ਼ਾ ਉਹ ਕਰੈਕਟਰ ਹੀ ਉੱਦਾਂ ਦਾ ਦਿੰਦੇ ਆ ਜਿਹੜਾ ਲੱਗਦਾ ਵੀ ਉਹਦੇ ਵਿੱਚ ਕੁਛ ਕਰਨ ਨੂੰ ਹੈਗਾ ਔਰ ਇਹਦੇ ਜ਼ੋਰ ਲੱਗਣਾ। ਐਕਚੁਅਲੀ ਬੋਲੀ ਨੂੰ ਯਾਦ ਹੀ ਉਦੋਂ ਕੀਤਾ ਜਾਂਦਾ ਬਹੁਤ ਚੈਲੇਂਜਿੰਗ ਕਰੈਕਟਰ ਨਹੀਂ। ਚਲੋ ਥੈਂਕ ਯੂ ਵੀ ਹਾਂ ਵਾਰੀ ਖੁਸ਼ਕਿਸਮਤੀ ਹੈ ਇਹ ਵੀ ਮੇਰੇ ਹਿੱਸੇ ਇੱਦਾਂ ਦੇ ਕਰੈਕਟਰ ਆਏ ਜਦੋਂ ਮੈਂ ਆਪਣੀ ਜਿੰਦ ਜਾਣ ਲਾਉਣਾ ਔਰ ਮੇਰਾ ਖਿਆਲ ਆ ਵੀ ਉਹੀ ਜਦੋਂ ਸੁਰ ਮਿਲ ਜਾਂਦਾ ਨਾ ਕਰੈਕਟਰ ਦਾ ਜਿਹੜਾ ਮੈਂ ਕਰਨਾ ਚਾਹ ਰਿਹਾ ਉਹ ਤੁਹਾਡੇ ਅੰਦਰ ਫੀਲ ਹੁੰਦਾ, ਤੁਹਾਨੂੰ ਉਹਦੀ ਸੁਰਤਾਲ ਦੇ ਵਿੱਚ ਹੁੰਦੇ ਜੋ ਤੁਸੀਂ, ਫਿਰ ਉਹ ਆਪੇ ਮੇਰੇ ਖਿਆਲ 'ਚ ਹੋ ਜਾਂਦਾ, ਕੁਦਰਤ ਕਰਵਾ ਦਿੰਦੀ ਹੈ ਵਾਹਿਗੁਰੂ। ਅੱਛਾ ਸਰ, ਤੁਸੀਂ ਤੁਹਾਡੀਆਂ ਲਿਖਤਾਂ ਵੀ ਹੈਗੀਆਂ ਨੇ, ਹੈ ਨਾ, ਤਾਂ ਇਹ ਜਦੋਂ ਤੁਹਾਨੂੰ ਵਾਰਨਿੰਗ ਤੁਸੀਂ ਪੜ੍ਹ ਰਹੇ ਸੀ ਸਕ੍ਰਿਪਟ, ਤਾਂ ਇੱਦਾਂ ਹੋਇਆ ਕਿ ਅਗਰ ਮੈਂ ਵਾਰਨਿੰਗ ਲਿਖੀ ਹੁੰਦੀ ਤਾਂ ਇਹਦੇ ਵਿੱਚ ਮੈਂ ਆਹ ਚੀਜ਼ ਐਡ ਔਨ ਕਰਦਾ ਜਾਂ ਆਹ ਚੀਜ਼ ਮੈਂ ਨਾ ਪਾਉਂਦਾ, ਕੁਛ ਐਵੇਂ ਹੋਇਆ ਐਜ਼ ਅ ਰਾਈਟਰ? ਮੈਂ ਜਿੰਨੀਆਂ ਵੀ ਮੈਨੂੰ ਮਤਲਬ ਜ਼ਿਆਦਾਤਰ ਤਾਂ ਸਕ੍ਰਿਪਟ ਮਿਲਦੀ ਨਹੀਂ ਹੁੰਦੀ ਆਪਾਂ ਨੂੰ, ਜਿੰਨੀਆਂ ਫਿਲਮਾਂ ਦੀਆਂ ਸਕ੍ਰਿਪਟਾਂ ਮਿਲੀਆਂ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਕਮ ਸੇ ਕਮ ਆਪਦਾ ਕਰੈਕਟਰ ਮਤਲਬ ਵੀ ਉਹ ਕਰਨੀ ਹੈ। ਪਰ ਸੱਚੀ ਵਾਰਨਿੰਗ ਦੀ ਸਕ੍ਰਿਪਟ ਇਹੋ ਜਿਹੀ ਸੀ ਵੀ ਜਿਹਨੂੰ ਪੜ੍ਹ ਕੇ ਮੈਨੂੰ ਹਰ ਕਰੈਕਟਰ ਪੜ੍ਹ ਕੇ ਸਵਾਦ ਆ ਰਿਹਾ ਸੀ, ਕੁਛ ਵੀ ਨਹੀਂ ਸੀ ਲੱਭ ਰਿਹਾ ਮੈਨੂੰ ਵੀ ਮੈਂ ਯਾਰ ਹੁੰਦਾ ਐਂ ਕਰਦਾ ਸੱਚੀ। ਇਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗ ਜੂਗਾ, ਤੁਸੀਂ ਬਾਅਦ 'ਚ ਵੀ ਚਾਹੇ ਕਲਿੱਪ ਲਾ ਦਿਓ ਫਿਲਮ ਦੇਖ ਕੇ ਮੇਰਾ, ਹੈ ਨਾ, ਤੁਹਾਨੂੰ ਪਤਾ ਲੱਗ ਜੂਗਾ ਇੰਨੀ ਕੰਪੈਕਟ ਅਤੇ ਇੰਨੀ ਪ੍ਰੋਫੈਸ਼ਨਲੀ ਲਿਖੀ ਹੋਈ ਸੀਗੀ, ਮਤਲਬ ਇੰਨਾ ਸੋਹਣਾ ਸਕ੍ਰੀਨ ਪਲੇ ਲਿਖਾਏ ਅਤੇ ਬਹੁਤ ਬਹਿਰ ਦੇ ਵਿੱਚ ਸੀ ਸਾਰਾ, ਮਤਲਬ ਵੀ ਜਿਹੜੀ ਉਹਦੀ ਟਾਈਮਿੰਗ ਸੀ ਉਹਦੇ ਮਤਲਬ ਅਪ ਐਂਡ ਡਾਊਨ ਸੀ ਸਕ੍ਰਿਪਟ ਦੇ, ਹੈ ਨਾ, ਸਕ੍ਰਿਪਟ ਕਹਾਣੀ ਦਾ ਜਿਹੜਾ ਫਲੋ ਸੀ ਇੰਨਾ ਪਰਫੈਕਟ ਸੀਗਾ, ਮੈਨੂੰ ਸੱਚੀ ਸਕ੍ਰਿਪਟ ਪੜ੍ਹ ਕੇ ਲੱਗਿਆ ਨਹੀਂ ਇੱਕ ਵਾਰੀ ਵੀ ਯਾਰ ਇਹ 'ਚ ਯਾਰ ਕੁਛ ਐਂ ਕਰ ਦਿੰਦੇ ਤਾਂ ਐਂ ਕਰ ਦਿੰਦੇ ਤਾਂ ਐਂ ਕਰ ਦਿੰਦੇ ਸਾਰਾ ਬਹੁਤ, ਕਿਉਂਕਿ ਇੰਨੇ ਜ਼ਿਆਦਾ ਕਰੈਕਟਰ ਸਕਰੀਨ ਦੇ ਉੱਤੇ ਲਿਖਣਾ ਅਤੇ ਉਹਨਾਂ ਨੂੰ ਸੰਭਾਲਣਾ ਬਹੁਤ ਔਖਾ ਕੰਮ ਹੈਗਾ। ਮੈਂ ਕਿਹਾ ਘੱਟੋ ਘੱਟ 40-50 ਕਰੈਕਟਰ ਹੋਣਗੇ। ਹਾਂ ਹਾਂ ਵਾਧੂ। ਅੱਛਾ ਜੀ, ਪਰ ਮੈਨੂੰ ਸੱਚੀ ਪਹਿਲੇ ਵਾਰੀ ਬਹੁਤ ਪਰਫੈਕਟ ਸਕ੍ਰਿਪਟ ਮਿਲੀ ਸੀਗੀ ਵੀ ਆਹ ਇਹ 'ਚ ਤੁਸੀਂ ਲੱਭ ਕੇ ਦਿਖਾਓ ਕੀ ਲੱਭਦੇ, ਪਤਾ ਲੱਗਦਾ ਸੀ ਕਿ ਰਾਈਟਰ ਨੇ ਟਾਈਮ ਸਪੈਂਡ ਕੀਤਾ।
ਅੱਛਾ ਜਿੱਦਾਂ ਦੇ ਫਿਲਮ ਹੈਗੀ ਹੈ ਇਹਦੇ ਵਿੱਚ ਅਸੀਂ ਮਾਰ ਖਾਟੀਏ ਵੋ ਹੈ ਨਾ ਚੱਲ ਰਿਹਾ ਅਤੇ ਸੈੱਟ ਦੇ ਉੱਤੇ ਜਿਹੜਾ ਅਸੀਂ ਮਾਹੌਲ ਹੁੰਦਾ ਹੈ ਉਹ ਬੜਾ ਇੰਟੈਂਸ ਰਹਿੰਦਾ ਹੋਏਗਾ ਅਤੇ ਇੱਦਾਂ ਹੋਇਆ ਕਿ ਇੱਧਰੋਂ ਪੈਕਅਪ ਹੋ ਗਿਆ ਅਤੇ ਕਿਸੇ ਦਾ ਝਗੜਾ ਹੋ ਗਿਆ ਅਤੇ ਉਹਨੇ ਵਾਰਨਿੰਗ ਵਾਲੇ ਜਿੱਦਾਂ ਦੇ ਕਿਰਦਾਰ ਹੈ ਉਸ ਤਰ੍ਹਾਂ ਦਾ ਕੁਛ ਕੀਤਾ ਹੋਵੇ ਸੈੱਟ 'ਤੇ? ਨਹੀਂ ਨਹੀਂ, ਸੈੱਟ 'ਤੇ ਤਾਂ ਬਹੁਤ ਹੀ ਹਾਸਾ ਖੇਡਿਆ, ਮਤਲਬ ਇਹ ਤੋਂ ਓਪੋਜਿਟ ਸੀਗਾ ਜਿੱਦਾਂ ਦੇ ਸਾਡੇ ਕਰੈਕਟਰ ਸੀਗੇ ਜੀ, ਤਾਂ ਉਹ ਤੋਂ ਜਿਵੇਂ ਹੁਣ ਪੰਮੇ ਬਾਈ ਸੀਗਾ ਜਾਂ ਗਿੱਪੀ ਬਾਈ ਹੋਰੀ ਵੀ ਜਦੋਂ ਬਹਿੰਦੇ ਸੀ ਜਾਂ ਅਸੀਂ ਸਾਰੇ ਇਕੱਠੇ ਹੋ ਗਏ, ਜਦੋਂ ਸਾਡਾ ਮਤਲਬ ਹੋ ਜਾਂਦਾ ਸੀ ਸੀਨ ਇਹ ਹੁੰਦਾ ਸੀ ਹੁਣ ਅਗਲਾ ਸੈਟਅਪ ਲੱਗ ਰਿਹਾ ਉਹਦੇ ਲਈ ਲਾਈਟਿੰਗ ਵਗੈਰਾ ਹੋ ਰਹੀ ਹੈ, ਅਸੀਂ ਤਾਂ ਹੱਸਦੇ ਖੇਡਦੇ ਰਹਿੰਦੇ ਔਰ ਇੰਨਾ ਕੁ ਮਜ਼ਾ ਲਿਆ ਉਹ ਫਿਲਮ ਦਾ, ਮਤਲਬ ਇੱਕ ਫਿਲਮ ਵਾਰਨਿੰਗ ਉਹ ਬਣ ਰਹੀ ਹੈ, ਇੱਕ ਹੋਰ ਬਣ ਰਹੀ ਹੁੰਦੀ ਉਹਦੇ ਵਿੱਚ ਜਿਹੜੀਆਂ ਸਾਡੀਆਂ ਗੱਲਾਂ ਬਾਤਾਂ ਹੱਸਦੇ ਖੇਡਦੇ, ਮੇਲਾ ਲੱਗਿਆ ਸੀ ਔਰ ਕੁਦਰਤੀ ਇਹ ਵੀ ਸੀਗਾ ਕਿ ਸਾਰੇ ਤਕਰੀਬਨ ਸਾਰੇ ਥੀਏਟਰ ਨਾਲ ਜੁੜੇ ਹੋਏ ਬੰਦੇ ਸੀ, ਤਾਂ ਉੱਦਾਂ ਦੀਆਂ ਗੱਲਾਂ ਵੀ ਚੱਲ ਪਾਈਆਂ ਸੀਗੀਆਂ ਵੀ ਜਦੋਂ ਤੁਸੀਂ ਸਾਰੇ ਇਕੱਠੇ ਹੁੰਦੇ ਹੋ ਫਿਰ ਕਈ ਵਾਰੀ ਇੱਕ ਦੂਜੇ ਦੀ ਜਿਵੇਂ ਵੀ ਰਾਜ ਬਾਈ ਤੇਰਾ ਯਾਰ ਉਹ ਰੋਲ ਬਹੁਤ ਵਧੀਆ ਸੀਗਾ ਨਾ, ਇੱਦਾਂ ਇੱਦਾਂ ਉਹਦੇ ਚੱਲ ਪਿਆ ਕੰਮ, ਮੇਰੇ 'ਤੇ ਚੱਲ ਪਿਆ, ਕਿਸੇ ਹੋਰ 'ਤੇ ਚੱਲ ਪਿਆ, ਇੱਦਾਂ ਆਣ ਪ੍ਰਦਾਨ ਹੁੰਦਾ ਰਹਿੰਦਾ ਸੀਗਾ। ਫਿਰ ਹਾਸਾ ਖੇਡਾ ਜਿਵੇਂ ਮੇਰੀ ਆਦਤ ਆਈ, ਮੈਂ ਵੀ ਹੱਸਦਾ ਖੇਡਦਾ ਬਹੁਤ ਹਰ ਇੱਕ ਨਾਲ, ਮੈਨੂੰ ਹੁੰਦਾ ਵੀ ਜਿੱਥੇ ਆਪਾਂ ਖੜੇ ਉੱਥੇ ਹੱਸਣ ਲੋਕ ਬਸ, ਤਾਂ ਮੈਂ ਕਿਸੇ ਨਾ ਕਿਸੇ ਦੀ ਨਾਕੜ ਲਾ ਲਈ ਆ ਵੀ ਹੋਰ ਕਰ ਲਿਆ, ਇੱਦਾਂ ਕਰਦੇ ਰਹਿੰਦੇ। ਕਿਆ ਬਾਤ ਹੈ। ਅੱਛਾ ਸਰ, ਜਿਵੇਂ ਹੁਣ ਫਿਲਮਾਂ ਬਣ ਰਹੀਆਂ ਨੇ, ਐਕਸ਼ਨ ਮੂਵੀਜ਼ ਬਣ ਰਹੀਆਂ ਨੇ, ਤਾਂ ਕੀ ਹੁੰਦਾ ਕਿ ਜਿਹੜਾ ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜੇ ਐਕਸ਼ਨ ਡਾਇਰੈਕਟਰ ਹੁੰਦੇ ਨੇ ਉਹ ਅਸੀਂ ਸਾਊਥ ਤੋਂ ਹਾਇਰ ਕਰਦੇ ਹਾਂ ਹੈ ਨਾ ਟੀਮਸ ਜਿਹੜੀਆਂ ਨੇ, ਤਾਂ ਕੀ ਲੱਗਦਾ ਕਿ ਆਪਣੇ ਪੰਜਾਬੀ ਇੰਡਸਟਰੀ ਵਿੱਚ ਇਸ ਤਰ੍ਹਾਂ ਦੇ ਡਾਇਰੈਕਟਰ, ਐਕਸ਼ਨ ਡਾਇਰੈਕਟਰ ਜੋ ਅਸੀਂ ਬਾਹਰੋਂ ਹਾਇਰ ਕਰਦੇ ਹਾਂ ਉਹ ਆਪਣੇ ਪੰਜਾਬ 'ਚ ਕਦੋਂ ਤੱਕ ਹੋਣਗੇ ਕਿ ਸਾਨੂੰ ਬਾਹਰੋਂ ਹਾਇਰ ਕਰਨੇ ਨਾ ਪੈਣ? ਪੰਜਾਬ 'ਚ ਹੈਗੇ ਆ ਪਰ ਟੈਕਨੀਕਲੀ ਜਿਹੜੇ ਜਦੋਂ ਤੁਸੀਂ ਇੱਕ ਲਿਮਿਟ ਤੋਂ ਉੱਪਰ ਦਾ ਐਕਸ਼ਨ ਕਰਨਾ ਹੋਵੇ ਜਿਵੇਂ ਹੈ ਨਾ, ਇਹਦੇ 'ਚ ਵਾਰਨਿੰਗ ਦੇ ਵਿੱਚ ਬਹੁਤ ਸਾਰਾ ਐਕਸ਼ਨ ਇਹੋ ਜਿਹੜਾ ਪੋਸੀਬਲ ਨਹੀਂ ਸੀ ਟੈਕਨੀਕ ਤੋਂ ਬਿਨਾਂ, ਹੈ ਨਾ ਜਿਵੇਂ ਬੱਸ ਵਾਲਾ ਕਿੰਨੀਆਂ ਚੀਜ਼ਾਂ ਸੀਗੀਆਂ ਉਹ ਹੈ ਨਾ ਪੋਸੀਬਲ ਨਹੀਂ ਸੀ, ਫਿਰ ਉਹਦੇ ਲਈ ਤੁਹਾਨੂੰ ਲੋੜ ਪੈਂਦੀ ਹੈ ਵੀ ਹੋਰ ਹਾਇਰ ਜਿਹੜੇ ਪ੍ਰੋਫੈਸ਼ਨਲ ਬੰਦੇ ਉਹਨਾਂ ਨੇ ਡੈਫੀਨੇਟਲੀ। ਹੁਣ ਜਦੋਂ ਇੱਥੇ ਐਕਸ਼ਨ ਫਿਲਮਾਂ ਬਣਨੀਆਂ ਸ਼ੁਰੂ ਹੋਣਗੀਆਂ ਤਾਂ ਹਰ ਤਰ੍ਹਾਂ ਦਾ ਬੰਦਾ ਹੀ ਆਊਗਾ ਇੱਥੇ, ਹੈ ਨਾ ਵੀ ਪ੍ਰੋਫੈਸ਼ਨਲ ਐਕਸ਼ਨ ਡਾਇਰੈਕਟਰ ਵੀ ਆਉਣਗੇ, ਹੈ ਨਾ ਕੋਰੀਓਗ੍ਰਾਫਰ ਵੀ ਆਉਣਗੇ, ਹਰ ਤਰ੍ਹਾਂ ਦਾ ਬੰਦਾ ਆਊਗਾ। ਹੁਣ ਐਕਸ਼ਨ ਫਿਲਮਾਂ ਬਣਨ ਲੱਗ ਗਈਆਂ ਤਾਂ ਡੈਫੀਨੇਟਲੀ ਇੱਥੇ ਡਾਇਰੈਕਟਰ ਵੀ ਮਤਲਬ ਐਕਸ਼ਨ ਡਾਇਰੈਕਟਰ ਜਿਹੜੇ ਵਧੀਆ ਵਧੀਆ ਆਉਣਗੇ। ਉੱਧਰ ਸਾਡੇ ਪੰਜਾਬੀ ਜਿਹੜੇ ਐਕਸ਼ਨ ਡਾਇਰੈਕਟਰ ਨੇ ਬਹੁਤ ਵੱਡੇ, ਸ਼ਾਮ ਕੌਸ਼ਲ ਜੀ ਪੰਜਾਬੀ ਨੇ ਜੀ, ਉਦੋਂ ਬਾਅਦ ਵੀਰੂ ਦੇਵਗਨ ਜੀ ਉਹ ਵੀ ਪੰਜਾਬੀ ਸੀਗੇ ਜਦੋਂ ਵੀ, ਹੈ ਨਾ, ਪਰ ਚਲੋ ਸ਼ਾਮ ਜੀ ਤਾਂ ਇੱਥੋਂ ਗਏ ਹੋਏ ਹੈਗੇ, ਉਹਨਾਂ ਦੇ ਨਾਲ ਪੰਮੇ ਵੀਰ ਹੋਰ ਹੀ ਹੁੰਦੇ ਨੇ ਸਾਰੇ, ਹੈ ਨਾ। ਪਰ ਗੱਲ ਇਹ ਵੀ ਇੱਥੇ ਉਹ ਫਿਲਮਾਂ ਬਣਦੀਆਂ ਘੱਟ ਸੀਗੀਆਂ ਤਾਂ ਕਰਕੇ ਉਹ ਸਮੁੰਦਰ ਹੈਗਾ, ਹੈ ਨਾ, ਇਹ ਹਜੇ ਅਸੀਂ ਆਪਦੀ ਆਪਦੀ ਮਤਲਬ ਦਰਿਆ 'ਚ ਜਾਂ ਨਦੀ 'ਚ ਪਾਣੀ ਪੀ ਰਿਹਾ। ਅੱਛਾ, ਇੱਕ ਇਹ ਵੀ ਚੀਜ਼ ਹੈ ਕਿ ਲੋਕ ਕੀ ਕਰਦੇ ਆ ਕਿ ਕੰਪੇਅਰ ਬਹੁਤ ਕਰਦੇ ਆ, ਐਪਰੀਸ਼ੀਏਟ ਅਸੀਂ ਕਿਤੇ ਨਾ ਕਿਤੇ ਭੁੱਲ ਜਾਂਦੇ ਹਾਂ ਕਿ ਸਾਡੀ ਇੰਡਸਟਰੀ ਨੇ ਕੁਛ ਇਸ ਤਰ੍ਹਾਂ ਦਾ ਦਿੱਤਾ, ਅਸੀਂ ਕੰਪੇਅਰ ਕਰਨ ਲੱਗ ਜਾਂਦੇ ਹਾਂ, ਤਾਂ ਅਸੀਂ ਆਡੀਅੰਸ ਨੂੰ ਇਹ ਕਦੋਂ ਰਿਅਲਾਈਜ਼ ਕਰਾ ਸਕਦੇ ਹਾਂ ਕਿ ਯਾਰ ਹਮੇਸ਼ਾ ਕੰਪੇਅਰ ਹੀ ਨਹੀਂ ਕਰਨਾ, ਕਿ ਕਦੇ ਐਪਰੀਸ਼ੀਏਟ ਵੀ ਕਰਨਾ ਹੁੰਦਾ ਆ? ਤਾਂ ਮੈਨੂੰ ਲੱਗਦਾ ਕਿ ਜੇ ਅਗਰ ਅਸੀਂ ਐਪਰੀਸ਼ੀਏਟ ਕਰਾਂਗੇ ਤਾਂ ਆਰਟਿਸਟ ਹੋਰ ਅੱਛਾ ਨਿਖਰ ਕੇ ਆਏਗਾ, ਤਾਂ ਇਹਨੂੰ ਅਸੀਂ ਕਿਸ ਤਰ੍ਹਾਂ ਬਦਲ ਸਕਦੇ ਹਾਂ ਇਸ ਚੀਜ਼ ਨੂੰ? ਬਦਲ ਨਹੀਂ ਹੈ, ਪਰਸੈਪਸ਼ਨ ਆ, ਦੇਖੋ ਇਹ ਹੁਣ ਦਰਸ਼ਕਾਂ ਦੀ ਹੈ ਜਾਂ ਜਿਹੜਾ ਕੋਈ ਇਹ ਚੀਜ਼ ਨੂੰ ਦੇਖਦਾ ਉਹਦੀ ਆ, ਕਿਉਂਕਿ ਹਰ ਇੱਕ ਜਿਹੜਾ ਵੀ ਪ੍ਰੋਜੈਕਟ ਬਣਦਾ, ਜਿਹੜੀ ਵੀ ਇੰਡਸਟਰੀ ਹੈਗੀ ਆ, ਮੰਨ ਲਓ ਹੁਣ ਸਾਊਥ ਨਾਲ ਕਹਿੰਦੇ ਪਿੱਛੇ ਚੱਲਿਆ ਹੋਇਆ ਸੀ ਬਹੁਤ, ਬੋਲੀਵੁੱਡ ਨੂੰ ਵੀ ਕਹਿਣ ਲੱਗ ਗਏ ਸੀਗੇ ਵੀ ਸਾਊਥ ਨਾਲ ਇਹ, ਸਾਊਥ ਬਹੁਤ ਇੱਦਾਂ ਦਾ, ਸਾਰੇ ਆਪਣੇ ਆਪਣੀ ਜਗ੍ਹਾ ਵਧੀਆ ਨੇ, ਤਾਂ ਹੁਣ ਸਾਡੇ ਕੋਲ ਇੰਨੇ ਸਬਜੈਕਟ ਨੇ ਜਿਨ੍ਹਾਂ ਦੀ ਗੱਲ ਹੋਈ ਆ, ਜੇ ਅਸੀਂ ਬੋਕਸ ਆਫਿਸ ਦੀ ਵੀ ਗੱਲ ਕਰਦੇ ਹਾਂ ਤਾਂ ਕੈਰੀ ਓਨ ਜੱਟਾ ਜੀ 100 ਕਰੋੜ ਦੇ ਬੋਕਸ ਆਫਿਸ 'ਚ ਗਈ ਆ, ਮਸਤਾਨੇ ਗਈ ਆ, ਐਡੇ ਵੱਡੇ ਬੋਕਸ ਆਫਿਸ 'ਤੇ, ਹੈ ਨਾ, ਜੇ ਅਸੀਂ ਉੱਦਾਂ ਵੀ ਦੇਖਦੇ ਹਾਂ ਤਾਂ ਉੱਦਾਂ, ਪਰ ਸਾਡੇ ਕੋਲ ਨੰਬਰ ਵੀ ਤਾਂ ਉਨੇ ਘੱਟ ਨੇ ਨਾ। ਹੁਣ ਉੱਥੇ ਮਤਲਬ ਵੀ ਉਹ ਕਦੋਂ ਦਾ ਸ਼ੁਰੂ, ਜੇ ਆਪਾਂ ਬੋਲੀਵੁੱਡ ਦੀ ਗੱਲ ਕਰਦੇ ਹਾਂ, ਕਦੋਂ ਦਾ ਸ਼ੁਰੂ ਹੋਇਆ ਹੈ, ਹੈ ਨਾ, ਔਰ ਜਦੋਂ ਮੇਰੇ ਖਿਆਲ 'ਚ ਆਜ਼ਾਦੀ ਤੋਂ ਹੀ ਪਹਿਲਾਂ ਦਾ ਬੋਲੀਵੁੱਡ ਚੱਲ ਰਿਹਾ,
ਤਾਂ ਉਹਦੇ ਹਾਣ ਦਾ ਹੋਣ ਲਈ ਜਾਂ ਜਿਹੜਾ ਸਾਊਥ ਆ ਉਹਦੇ ਹਾਣ ਦਾ ਹੋਣ ਲਈ ਸਾਨੂੰ ਟਾਈਮ ਲੱਗਦਾ ਹੁੰਦਾ, ਪਰ ਇਹ ਆ ਵੀ ਪਰ ਬਣ ਰਿਹਾ ਹੌਲੀ ਹੌਲੀ, ਇਹ ਵੀ ਨਵੇਂ ਡਾਇਰੈਕਟਰ ਨਵੇਂ ਰਾਈਟਰ ਨਵੇਂ ਟੀਮਾਂ ਆ ਰਹੀਆਂ ਨੇ, ਉਹ ਚੀਜ਼ਾਂ ਸੋਚ ਰਹੇ ਨੇ, ਉਹ ਥੋੜ੍ਹਾ ਆਫ ਬੀਟ ਸੋਚ ਰਹੇ ਨੇ, ਪਰ ਉਹਦੇ ਲਈ ਦਰਸ਼ਕ ਨੂੰ ਵੀ ਉੱਦਾਂ ਦਾ ਹੋਣਾ ਪਊਗਾ। ਹੁਣ ਸਾਊਥ ਦੀ ਅਸੀਂ ਗੱਲ ਤਾਂ ਕਰ ਦਿੰਦੇ ਹਾਂ, ਸਾਊਥ ਦੇ ਵਿੱਚ ਇੱਕ ਨਵਾਂ ਹੀਰੋ ਮੰਨ ਲਓ ਮੈਨੂੰ ਉੱਥੇ ਲਾਂਚ ਕਰ ਰਹੇ ਨੇ ਜਾਂ ਰਾਜਬਾਈ ਨੂੰ ਕਰ ਰਹੇ ਨੇ, ਉਹ ਦੇਖਣੇ ਆਉਂਦੇ ਨੇ ਵੀ ਨਵਾਂ ਬੰਦਾ ਆ ਰਿਹਾ, ਆਪਾਂ ਇੱਕ ਵਾਰੀ ਦੇਖੀਏ ਫਿਲਮ ਚੰਗੀ ਆ ਮਾੜੀ ਆ ਆਪਾਂ ਬਾਅਦ ਹੀ ਕਰਾਂਗੇ, ਆਪਾਂ ਦੇਖ ਕੇ ਆਈਏ। ਇਹ ਜਿਹੜੀ ਮਤਲਬ ਜ਼ਿੰਮੇਵਾਰੀ ਆ ਨਾ ਇਹ ਨਿਭਾਉਣੀ ਪੈਣੀ ਹੈ ਜੀ। ਤਾਂ ਮਤਲਬ ਜਦੋਂ ਆਪਣੇ ਇੱਥੇ ਹੁੰਦਾ ਆ ਤਾਂ ਮਤਲਬ ਬਹੁਤ ਵਾਰ ਈਵਨ ਵੇਖੀਏ ਤਾਂ ਹਮੇਸ਼ਾ ਇਹੀ ਹੁੰਦਾ ਕਿ ਕੋਈ ਵੇਖਣ ਹੀ ਨਹੀਂ ਜਾਂਦਾ ਥੀਏਟਰ ਦੇ ਵਿੱਚ। ਉਹ ਇਹ ਗਲਤ ਗੱਲ ਹੈ, ਦੇਖਣਾ ਚਾਹੀਦਾ, ਦੇਖਣਾ ਚਾਹੀਦਾ। ਚੰਗਾ ਮਾੜਾ ਕਹਿਣਾ ਤੁਹਾਡਾ ਫਰਜ਼ ਹੈ, ਮੈਂ ਕਹਿੰਦਾ ਵੀ ਜਿਵੇਂ ਮਰਜ਼ੀ ਕਹੋ, ਸ਼ਰੇਆਮ ਕਹੋ, ਕੋਈ ਚੱਕਰ ਨਹੀਂ। ਕੋਈ ਫਿਲਮ ਤੁਹਾਨੂੰ ਨਹੀਂ ਵਧੀਆ ਲੱਗੀ, ਕੋਈ ਬੰਦਾ ਦਾ ਕੰਮ ਨਹੀਂ ਵਧੀਆ ਲੱਗਿਆ, ਲਿਖੋ ਯਾਰ, ਕੋਈ ਚੱਕਰ ਨਹੀਂ, ਤਾਂ ਹੀ ਪਤਾ ਲੱਗੂ। ਪਰ ਦੇਖੋ ਜ਼ਰੂਰ, ਜੇ ਦੇਖੋਗੇ ਇਹੋ ਮਤਲਬ ਵੀ ਜੇ 100 ਚੋਂ 50% ਵੀ ਦੇਖਣਗੇ ਉਹਨਾਂ ਦਾ ਕੁਛ ਤਾਂ ਮੁੜਿਆ, ਜਿਨ੍ਹਾਂ ਨੇ ਕੋਈ ਨਵਾਂ ਚੀਜ਼ ਮਤਲਬ ਹੀ ਆ ਕੇ ਰਿਹਾ ਹੈ ਨਾ ਕਰਨ ਦੀ, ਹਿੰਮਤ ਕੀਤੀ ਕਰਨ ਦੀ, ਤਾਂ ਉਹ ਚੀਜ਼ ਹੈ ਵੀ ਉਹ ਐਪਰੀਸ਼ੀਏਟ ਕਰਨਾ ਜ਼ਰੂਰੀ ਹੈ। ਸੋ ਸਰ ਗੱਲ ਕਰਕੇ ਬਹੁਤ ਵਧੀਆ ਲੱਗਾ, ਅਤੇ ਹੁਣ ਲਾਸਟ ਸਵਾਲ ਤੁਹਾਨੂੰ ਦੋਵਾਂ ਨੂੰ ਹੀ ਕਿ ਵਾਰਨਿੰਗ 2 ਆ ਰਹੀ ਹੈ ਅਤੇ ਜਦੋਂ ਟੀਜ਼ਰ ਰਿਲੀਜ਼ ਹੋਇਆ ਤਾਂ ਲੋਕਾਂ ਦਾ ਕੀ ਤੁਹਾਨੂੰ ਮਿਲਿਆ ਸਭ ਬੈਸਟ ਕੰਪਲੀਮੈਂਟ ਤੁਹਾਡੇ ਕਿਰਦਾਰਾਂ ਨੂੰ ਲੈ ਕੇ, ਜਾਂ ਫਿਰ ਕਹੀਏ ਕਿ ਫਿਲਮ ਦੀ ਵੇਟ ਸੀਗੀ, ਕਿਉਂਕਿ ਵਾਰਨਿੰਗ 1 ਜੋ ਬੈਂਚਮਾਰਕ ਸੈੱਟ ਕਰਕੇ ਗਈ ਹੈ ਉਸ ਤੋਂ ਬਾਅਦ ਹੁਣ ਤੱਕ ਲੋਕਾਂ ਨੂੰ ਵੇਟ ਹੈ ਕਿ ਵਾਰਨਿੰਗ 2 ਵਿੱਚ ਕੀ ਸਾਨੂੰ ਵੇਖਣ ਨੂੰ ਮਿਲੇਗਾ, ਕਦੋਂ ਆਏਗੀ, ਅੱਗੇ ਕੀ ਹੋਇਆ, ਤਾਂ ਬੈਸਟ ਕੰਪਲੀਮੈਂਟ ਤੁਹਾਨੂੰ ਦੋਵਾਂ ਨੂੰ ਕੀ ਮਿਲੇ ਇਹ ਜਾਣਨਾ ਚਾਹਾਂਗੀ। ਮੈਨੂੰ ਜ਼ਿਆਦਾਤਰ ਇਹੀ ਕੰਪਲੀਮੈਂਟ ਮਿਲਿਆ ਸੀ, ਯਾਰ ਤੈਨੂੰ ਇਹ ਫਿਲਮ 'ਚ ਹੋਣਾ ਚਾਹੀਦਾ ਸੀ, ਤੂੰ ਸਹੀ ਕੀਤਾ ਸੱਚੀ। ਮੈਨੂੰ ਮਤਲਬ ਵੀ ਕਿਉਂਕਿ ਉਹ ਇਮੇਜ ਮੇਰੀ ਉਹੀ ਹੈ, ਤਾਂ ਲੋਕਾਂ ਨੇ ਜ਼ਿਆਦਾ ਮੈਨੂੰ ਇਹ ਕਮੈਂਟ ਅਤੇ ਮੈਸੇਜ ਆਏ ਵੀ ਯਾਰ ਵਾਕਈ ਯਾਰ ਵਾਰਨਿੰਗ 'ਚ ਹੋਣਾ ਚਾਹੀਦਾ ਸੀ, ਬਾਈ ਜ਼ਰੂਰ ਦੇਖ ਜਾਵਾਂਗੇ। ਤਾਂ ਮੈਨੂੰ ਲੱਗਦਾ ਵੀ ਫਿਲਮ 2 ਫਰਵਰੀ ਨੂੰ ਆ ਰਹੀ ਹੈ, ਤਾਂ ਤੁਸੀਂ ਇੱਕ ਵਾਰੀ ਸਾਰੇ ਦਰਸ਼ਕ ਤੁਸੀਂ ਜਾ ਕੇ ਆਡੀਅੰਸ ਨੂੰ ਕਹਾਂਗੇ ਸੀ, ਵਾਰਨਿੰਗ ਨਹੀਂ ਦੇਵਾਂਗੇ, ਅਪੀਲ ਕਰਾਂਗੇ ਕਿ 2 ਫਰਵਰੀ ਨੂੰ ਇੱਕ ਵਾਰੀ ਫਿਲਮ ਜ਼ਰੂਰ ਦੇਖ ਕੇ ਆਏ। ਮੈਨੂੰ ਇਹ ਸੀਗਾ ਕਿ ਜਿਹੜੇ ਮੇਰੇ ਦੋਸਤ ਆ ਜਾਂ ਜਿਹੜੇ ਜਿਵੇਂ ਇੰਡਸਟਰੀ 'ਚ ਵੀ ਕੁਛ ਮਿੱਤਰ ਪਿਆਰੇ ਹੈਗੇ ਸਾਡੇ, ਉਹ ਮੈਨੂੰ ਕਹਿੰਦੇ ਵੀ ਯਾਰ ਗਿੱਪੀ ਬਾਈ ਨੂੰ ਕਹੀ ਵੀ ਤੇਰਾ ਥੈਂਕ ਯੂ ਵੀ ਤੁਸੀਂ ਦੋਵੇਂ ਜਣੇ ਫਿਰ ਇਕੱਠੇ ਕਰਤੇ। ਅਸਲ ਵਿੱਚ ਕੀ ਚੱਕਰ ਹੈ ਕਿ ਪ੍ਰਿੰਸ ਬਾਈ ਅਤੇ ਮੈਂ ਨਾ ਜਦੋਂ ਦੇ ਮਤਲਬ ਜਿਵੇਂ ਅਸੀਂ ਜ਼ਿਲ੍ਹਾ ਸਨੂਰ ਕਰੀ ਸੀ, ਕ੍ਰਿਮੀਨਲ ਕੀਤੀ ਹੈਗੀ ਹੈ ਨਾ, ਉਹ ਪਸੰਦ ਕਰਦੇ ਆ ਜੁਗਲਬੰਦੀ ਜੀ ਜੋੜੀ ਜੀ ਨੂੰ ਹੈ ਨਾ, ਤਾਂ ਉਹ ਕਹਿੰਦੇ ਵੀ ਯਾਰ ਤੁਸੀਂ ਦਵਾ ਵੀ ਤੂੰ ਆ ਰਿਹਾ। ਮੈਨੂੰ ਕਹਿੰਦੇ ਪਹਿਲਾਂ ਮੈਨੂੰ ਉਹਨੇ ਪੁੱਛਿਆ ਕਹਿੰਦਾ ਤੇਰੇ ਪ੍ਰਿੰਸ ਬਾਈ ਨਾਲ ਸੀ, ਨਹੀਂ ਯਾਰ ਤੂੰ ਅੱਡ ਕਰੈਕਟਰ ਬਾ, ਨਹੀਂ ਮੇਰੇ ਸਾਰੇ ਪ੍ਰਿੰਸ ਬਾਈ, ਕਹਿੰਦਾ ਮੈਂ ਸਵਾਦ ਆਊਗਾ, ਕਹਿੰਦਾ ਵੀ ਤੁਹਾਡਾ ਨਾ ਸਾਨੂੰ ਬਹੁਤ ਵਧੀਆ ਲੱਗ ਗਿਆ ਤੁਹਾਡੀ ਜੁਗਲਬੰਦੀ ਜੀ, ਹਾਂ ਬਹੁਤ ਮਤਲਬ ਪਿਆਰ ਕੀਤਾ ਹੈ ਨਾ। ਅਤੇ ਜਦੋਂ ਅਸੀਂ ਵੀ ਮੈਂ ਪ੍ਰਿੰਸ ਬਾਈ ਨਾਲ ਅਸੀਂ ਬਹਿਣੇ ਹੁੰਦੇ ਹਾਂ ਉਦੋਂ ਗੱਲ ਕਰਦੇ ਹਾਂ, ਜਾਂ ਜਿਵੇਂ ਬਾਈ ਵੀ ਕਹਿੰਦੇ ਵੀ ਯਾਰ ਤੁਹਾਡਾ ਜੁਗਲਬੰਦੀ ਸੈੱਟ ਆ ਕੰਮ ਹੈ ਨਾ, ਹੋ ਸਕਦਾ ਤਾਂ ਹੀ ਉਹਨਾਂ ਨੇ ਇਹ ਕਰ ਲਿਆ ਵੀ ਯਾਰ ਇਹ ਬੋਲੀ ਕਰ ਸਕਦਾ ਹੈ ਨਾ, ਕਿਉਂਕਿ ਉਹ ਜਿਹੜਾ ਕਰੈਕਟਰ ਹੈ ਸਿਟੀ ਦਾ ਕਰੈਕਟਰ ਹੀ ਬਹੁਤ ਇੰਪੋਰਟੈਂਟ ਆ ਹੈ ਨਾ, ਤਾਂ ਬਹੁਤ ਲੇਅਰਸ ਨੇ ਉਹਦੇ ਵਿੱਚ, ਬਹੁਤ ਸ਼ੇਡਸ ਨੇ ਇਸ ਕਰੈਕਟਰ ਦੀਆਂ, ਤਾਂ ਮੈਂ ਤਾਂ ਗ੍ਰੇਟਫੁੱਲ ਹਾਂ ਕਿ ਮੇਰੇ ਹਿੱਸੇ ਕਿਰਦਾਰ ਆਇਆ, ਅਤੇ ਬਹੁਤ ਕੰਪਲੀਮੈਂਟ ਆਏ। ਬਾਕੀ ਜਦੋਂ ਹੁਣ ਫਿਲਮ ਆਊਗੀ ਉਦੋਂ ਉਮੀਦ ਕਰਦੇ ਹਾਂ ਵੀ ਪਸੰਦ ਆਊ ਸਾਰਿਆਂ ਨੂੰ। ਬਿਲਕੁਲ ਡੈਫੀਨੇਟਲੀ, ਅਤੇ ਸਾਨੂੰ ਖੁਦ ਨੂੰ ਬਹੁਤ ਇੰਤਜ਼ਾਰ ਹੈ। ਸੋ ਥੈਂਕ ਯੂ ਸੋ ਮੱਚ, ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਹੈ ਸਾਡੇ ਨਾਲ ਸਾਂਝਾ ਕੀਤਾ, ਅਤੇ ਆਲ ਦਾ ਵੈਰੀ ਬੈਸਟ ਕਿ ਫਿਲਮ ਵੇਖਦੇ ਹਾਂ ਹੁਣ ਕਿ 2 ਫਰਵਰੀ ਨੂੰ ਕੀ ਕਮਾਲ ਦਿਖਾਉਂਦੀ ਹੈ, ਅਤੇ ਤੁਸੀਂ ਆਪਣੀ ਫੈਮਿਲੀ ਨਾਲ ਆਪਣੇ ਫਰੈਂਡਸ ਨਾਲ ਜ਼ਰੂਰ ਫਿਲਮ ਵੇਖਣ ਜਾਇਓ, ਅਤੇ ਕਿਵੇਂ ਲੱਗੀ ਫਿਲਮ ਇਹ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ, ਮੈਂ ਮਿਲਾਂਗੀ ਇਸੇ ਤਰ੍ਹਾਂ ਕਿਸੇ ਹੋਰ ਪਰਸਨੈਲਿਟੀਜ਼ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।